की बात बख्श बंदे को बावर न पाओ जल फेरा जब सारे अब की बात बख्श बंदे को बावर न पाओ जल फेरा सहायता बख्शिश करनी आप जी दियां बख्शियां दातां विचों
ਕੜਾ ਪ੍ਰਸ਼ਾਦੀ ਦੇਖ ਸਰ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਹੁਕਮ ਬਖਸ਼ ਕੇ ਸਰਬੱਤ ਸੰਗਤ ਨੂੰ ਕਿਰਤਾਰਤ ਕਰੋ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੁਮ ਆਪਨ ਮਿਰਤ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹਿਦੇ ਸੱਜਣ ਸੁਹਿਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੁਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਬੀਬਾ ਕਿੰਨਾ ਫਰਮਾ ਬਰਦਾਰ ਉਸ ਵੇਲੇ ਵੀ ਸਭ ਹੈਰਾਨ ਹੁੰਦੇ ਸੀ ਸਰਦਾਰ ਨਰਾਤਾ ਸਿੰਘ ਕਿਸ ਮਿੱਟੀ ਦਾ ਬਣਿਆ ਹੋਇਆ। ਨਾ ਗੁੱਸਾ ਨਾ ਸ਼ਿਕਵਾ ਨਾ ਈਰਖਾ ਕਿਸੇ ਪ੍ਰਤੀ ਵੀ ਕਦੇ ਕੋਈ ਜ਼ਿੱਦ। ਚੁੱਪ ਚਾਪ ਹੱਸਦਿਆਂ ਖੇਡਦਿਆਂ ਅੱਛੀਆਂ ਗੱਲਾਂ ਕਹੋ ਬੁਰੀਆਂ ਕਹੋ ਗੁੱਸੇ ਵਾਲੀਆਂ ਕਹੋ ਸਭ ਇੰਨੀ ਸਹਿਣਸ਼ੀਲਤਾ ਦਾ ਪੁੰਜ। ਉਸ ਵੇਲੇ ਵੀ ਬਹੁਤ ਹਰਮਨ ਪਿਆਰਾ ਸਾਥੀ ਸੀ ਉਹ ਕਾਲਜ ਇਲੈਕਸ਼ਨ ਵੀ ਲੜਿਆ ਸੀ ਚੋਣ। ਅੱਜ ਅਸੀਂ ਸਾਡੇ ਉਸ ਵੱਡੇ ਭਰਾ ਇੱਕ ਬਹੁਤ ਹੀ ਨੇਕ ਇਮਾਨਦਾਰ ਇਨਸਾਨ ਸਰਦਾਰ ਨਰਾਤਾ ਸਿੰਘ ਜੀ ਨੂੰ ਆਪਣੀ ਸ਼ਰਧਾ ਅਤੇ ਅਕੀਦਤ ਦੇ ਫੁੱਲ ਭੇਟ ਕਰਨ ਆਏ। ਅੱਜ ਆਪਾਂ ਸਾਰੇ ਜਾਣੇ ਸਰਦਾਰ ਨਰਾਤਾ ਸਿੰਘ ਜੀ ਦੀ ਅੰਦਰ ਬਰਾਸ ਇਕੱਠੇ ਹੋਏ ਹਾਂ ਜਿਨ੍ਹਾਂ ਦਾ ਜੀਵਨ ਬਹੁਤ ਹੀ ਵਧੀਆ ਰਿਹਾ। ਜਿਵੇਂ ਛੋਟੀ ਸਾਹਿਬ ਨੇ ਦੱਸਿਆ ਵੀ ਕਾਲਜ ਟਾਈਮ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ। ਮੈਨੂੰ ਵੀ ਸਰਦਾਰ ਨਰਾਤਾ ਸਿੰਘ ਨੂੰ ਮਿਲਣ ਦਾ 2007 'ਚ ਮੌਕਾ ਮਿਲਿਆ। ਸਰਦਾਰ ਨਰਾਤਾ ਸਿੰਘ ਜੀ ਦਾ ਸਾਡੇ ਵਿੱਚੋਂ ਹਮੇਸ਼ਾ ਦੇ ਵਾਸਤੇ ਸਾਨੂੰ ਵਿਛੋੜਾ ਦੇ ਕੇ ਚਲੇ ਜਾਣਾ ਸਾਰਿਆਂ ਦੇ ਵਾਸਤੇ ਇੱਕ ਅਜਿਹੀ ਹੀ ਘਟਨਾ ਘਟੀ ਹੈ। ਸੋਢੀ ਸਾਹਿਬ ਆਪਣਾ 60 ਸਾਲਾਂ ਤੋਂ ਵੀ ਉੱਪਰ ਦਾ ਉਹਨਾਂ ਦੇ ਨਾਲ ਆਪਣਾ ਰਿਸ਼ਤਾ ਦੱਸ ਰਹੇ ਸਨ। 40 ਵਰ੍ਹਿਆਂ ਤੋਂ ਉੱਪਰ ਮੇਰਾ ਵੀ ਉਹਨਾਂ ਦੇ ਨਾਲ ਵਾਸਤਾ ਰਿਹਾ ਹੈ। ਸਰਦਾਰ ਨਰਾਤਾ ਸਿੰਘ ਜੀ ਇੱਕ ਬਹੁਤ ਅਗਲੇ ਸੱਜਣ ਸੀ ਔਰ ਤਕਰੀਬਨ 85 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਤੋਂ ਉਹਨਾਂ ਨੇ ਕੁਝ ਕੀਤਾ ਹੈ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ 85 ਸਾਲਾਂ ਦੇ ਵਿੱਚ ਕਿਸੇ ਇੱਕ ਦਿਨ ਉਹਦੇ ਚਿਹਰੇ ਸਿੱਖ ਨਹੀਂ ਸੀ ਦੇਖੇ। ਸਰਦਾਰ ਨਰਾਤਾ ਸਿੰਘ ਜੀ ਕਢਵਾਂ ਜੋ ਕਿ ਬਹੁਤ ਸੀਨੀਅਰ ਕਾਂਗਰਸੀ ਆਗੂ ਰਹੇ ਨੇ ਬਹੁਤ ਪੁਰਾਣੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆਏ ਨੇ ਅਤੇ ਸਰਦਾਰ ਨਰਾਤਾ ਸਿੰਘ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ। ਸੋ ਅਸੀਂ ਸਾਰੇ ਇਕੱਠੇ ਹੋ ਕੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਿਤਾ ਵਾਹਿਗੁਰੂ ਸਰਦਾਰ ਨਰਾਤਾ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ। ਮੇਰੇ ਸਰਦਾਰ ਜੀ ਬਹੁਤ ਹੀ ਨਾਈਸ ਆਦਮੀ ਸੀਗੇ, ਦੁਨੀਆਂ ਦਾ ਭਲਾ ਕਰਨ ਵਾਲੇ ਸੀ, ਦੁਨੀਆਂ ਦੇ ਵਿੱਚ ਵਿਚਰਦੇ ਸੀ, ਕਿਸੇ ਗਰੀਬ ਗੁਰਬੇ ਨੂੰ ਬਹੁਤ ਸੇਵਾ ਕਰਦੇ ਸੀ। ਵੀ ਗਰੀਬਾਂ ਦਾ ਹੁਣ ਵੀ 25 ਕੁੜੀਆਂ ਦਾ ਵਿਆਹ ਕਰਨ ਜਾਣਾ ਸੀ, ਉਹਨਾਂ ਨੇ 25 ਤਰੀਕ ਨੂੰ ਕਿ ਉਹਨਾਂ ਦੀ ਪਹਿਲਾਂ ਇਸ ਤਰ੍ਹਾਂ ਦੀ ਡੈਥ ਹੋ ਗਈ।
तेरा अब की बार बख्श बंदे को भवर न पाओ जल फेरा अब
ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣੀ ਔਖਾ ਸੱਚਾ ਚਰਨਾਂ ਵਿੱਚ ਬੇਨਤੀ ਕਰ ਰਹੇ ਹਾਂ ਨਾ ਸਰ ਰਲ ਕੇ ਸਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੋ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਅੱਖਾਂ ਦੀਆਂ ਵਿਸਰੇ ਸਤਨਾਮ ਸ਼੍ਰੀ ਵਾਹਿਗੁਰੂ
ਪਰਵਾਹ
आप जी की पावन हजूरी दे अंदर दीवान सजे अमृतमई बाणी का कीर्तन विचारा हुईया सतगुरु पातशाह जीओ गुरबाणी पढ़दे हां कीर्तन करदे हां आप जी की हजूरी अंदर विचरदे हां होईया बेअंत भुलां दी खिमा बख्शिश करनी आगाह तो समत बख्शिश करनी वाहिगुरु जी भुलण अंदर सब को अभुल गुरु करतार संसार विच विचरदे हां संसारी जीवां पासों जाने अनजाने विच बेअंत भुलां हुंदियां ने आप बख्शन पिता हो सतगुरु जी कृपा मेहरामत बख्शिश करके सरदार नवराता सिंह जी नूं सदीवी अपने चरणा विच निवास बख्शिश करना पिछे समुचे परिवार नूं भाणा मन्नण दा बल उत्तम बख्शिश करना सतगुरु जी समुचे परिवार नूं सुख शांति चढ़दी कला बख्शिश करनी गुरबाणी अनुसार जीवन जाच बख्शनी दर आई संगत दी हाजरी तिल गुल पिटावां दर ते परवान करनिया अपने दरों नामदान गुरसिखी सिदक भरोसा बख्शिश करना शुभ भावनावां गुरमत अनुसार संपूर्ण करनिया सतगुरु जी सेवक परिवार वालों कीतिया सेवावां दर परवान करनिया सेवक परिवार वालों आप जी नूं सुंदर पोशाके भेटा कीते अंगीकार करने लोक परलोक परदे कजणे अंग संग सहायता बख्शिश करनी आप जी दीआं बख्शियां दातां विचों कड़ा प्रशादी देख सज के हाजर है दर परवान होवे परवान होया प्रशाद संगत विच वरताउण दी आ गया बख्शिश करो हुकम बख्श के सर्वत संगत नूं कृतार्थ करो सही प्यारे मिलो जिन्ना मिलिया तेरा नाम चितावे नानक नाम चढ़दी कला तेरे पाणे सरबत दा भला वाहिगुरु जी का खालसा वाहिगुरु जी की फतेह दोहरा आ गया भई अकाल की सब सिखन तो हुक्म है गुरु मान्यो गुरु ग्रंथ जी मान्यो प्रगट गुरां की जो प्रभ को मिलो चाहे खोज शब्द में राज करेगा खालसा द्वार वही सब मिलेंगे बचे शरण जो बेअंत स्वामी तेरो
ਜੋ ਅੰਤ ਨਾਕਿ ਨਹੀਂ ਲਹੀ ਹੈ ਰਹਾਉ ਓ ਟੱਬਰਾਦ ਹਮਾਰੇ ਖੰਡੋ ਅਣਕ ਬਿਧਿ ਸਮਝਾਵੋ ਹਮ ਅਗਿਆਨ ਅਲਪ ਮਤ ਤੋਰੀ ਤੁਮ ਆਪਨ ਬਿਰਧ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹਿਰਦੇ ਰਾਖੋ ਰਾਖਨ ਹਰ ਦਇਆਲਾ ਨਾਨਕ ਘਰ ਕੇ ਗੁਰਲੇ ਸੱਜਣ ਸੁਹਿਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੁਰਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕੱਠੇ ਗੌਰਮੈਂਟ ਕਾਲਜ ਚੰਡੀਗੜ੍ਹ ਵਿੱਚ ਦਾਖਲ ਹੋਏ ਸੀ BA ਵਿੱਚ। ਇੱਕੋ ਹੀ ਕਾਲਜ ਹੁੰਦਾ ਸੀ ਉੱਥੇ, ਕੋਈ ਹਰਿਆਣਾ ਨਹੀਂ ਸੀ, ਕੋਈ ਹਿਮਾਚਲ ਸੀ, ਸਾਰਾ ਪੰਜਾਬ ਸੀ। ਪੰਜਾਬ ਯੂਨੀਵਰਸਿਟੀ ਸੋਲਨ ਹੁੰਦੀ ਸੀ ਉਸ ਵਿੱਚ। ਕਿੰਨਾ ਬੀਬਾ, ਕਿੰਨਾ ਫਰਮਾ ਬਰਦਾਰ, ਉਸ ਵੇਲੇ ਵੀ ਸਭ ਹੈਰਾਨ ਹੁੰਦੇ ਸੀ ਸਰਦਾਰ ਨਰਾਤਾ ਸਿੰਘ ਕਿਸ ਮਿੱਟੀ ਦਾ ਬਣਿਆ ਹੋਇਆ, ਨਾ ਗੁੱਸਾ, ਨਾ ਸ਼ਿਕਵਾ, ਨਾ ਈਰਖਾ, ਕਿਸੇ ਪ੍ਰਤੀ ਵੀ ਕਦੇ ਕੋਈ ਜ਼ਿੱਦ, ਚੁੱਪ ਚਾਪ ਹੱਸਦਿਆਂ ਖੇਡਦਿਆਂ ਅੱਛੀਆਂ ਗੱਲਾਂ ਕਹੋ, ਬੁਰੀਆਂ ਕਹੋ, ਗੁੱਸੇ ਵਾਲੀਆਂ ਕਹੋ, ਸਭ ਇੰਨੀ ਸਹਿਣਸ਼ੀਲਤਾ ਦਾ ਪੁੰਜ। ਉਸ ਵੇਲੇ ਵੀ ਬਹੁਤ ਹਰਮਨ ਪਿਆਰਾ ਸਾਥੀ ਸੀ ਉਹ ਕਾਲਜ 'ਚ, ਇਲੈਕਸ਼ਨ ਵੀ ਲੜਿਆ ਸੀ ਚੋਣ। ਪੰਜਾਬ ਯੂਨੀਵਰਸਿਟੀ 'ਚ ਅਥਲੈਟਿਕਸ 'ਚ ਚੈਂਪੀਅਨ ਰਿਹਾ ਸਾਰੇ ਪੰਜਾਬ 'ਚ, ਜਦੋਂ ਹਰਿਆਣਾ ਮਤਲਬ ਸਾਰੇ ਇਕੱਠੇ ਸੀ, ਉਸ ਵੇਲੇ ਵੀ ਪੰਜਾਬ ਯੂਨੀਵਰਸਿਟੀ 'ਚ ਚੈਂਪੀਅਨ। ਬਹੁਤ ਅੱਛੀ ਸਿਹਤ, ਬਹੁਤ ਅੱਛਾ ਰੰਗ ਰੂਪ, ਹਰ ਕੋਈ ਦੇਖ ਕੇ ਮਸਤ ਹੋ ਜਾਂਦਾ ਸੀ। ਪਰ ਕਦੇ ਵੀ ਜਿਵੇਂ ਕਾਲਜ 'ਚ ਬੇਹੁਦਾ ਸ਼ਰਾਰਤ ਹੈ, ਕਦੇ ਵੀ ਇਹੋ ਜਿਹੀ ਗੱਲ ਉਹਨਾਂ ਵਿੱਚ ਨਹੀਂ ਸੀ। ਅੱਗੇ ਚੱਲ ਕੇ ਉਹਨਾਂ ਨੇ, ਕਿਉਂਕਿ ਚਟਕ ਸੀ, ਡੈਡੀਕੇਸ਼ਨ ਸੀ, ਔਰ ਉਹ ਵਕਤ ਵੀ ਇਹ ਸੀ, ਉਸ ਸਮੇਂ 1955 'ਚ ਪੰਡਿਤ ਜਵਾਹਰ ਲਾਲ ਨਹਿਰੂ ਸਾਹਿਬ ਕਾਲਜ 'ਚ ਆਏ ਸੀ, ਨਾਲ ਸਰਦਾਰ ਪ੍ਰਤਾਪ ਸਿੰਘ ਕਹਿ ਰਹੇ, ਨਾਲ ਸਿਕਿਉਰਿਟੀ ਸਟੂਡੈਂਟ ਸੀ ਬਹੁਤ ਸਾਰੀ ਹੁੰਦੀ, ਕਦੇ ਵੀ ਪ੍ਰਾਈਮ ਮਿਨਿਸਟਰ ਆਫ ਇੰਡੀਆ 6 ਸਟੂਡੈਂਟ ਸੀ, ਅਸੀਂ BSc 6 ਨਾਲ ਹਰ ਇੱਕ ਨਾਲ ਹੈਂਡਸ਼ੇਕ ਕੀਤਾ ਪੰਡਿਤ ਜੀ ਨੇ। ਬਹੁਤ ਗਜ਼ਬੀ ਪਰਸਨੈਲਿਟੀ ਉਹ, ਸਰਦਾਰ ਨਰਾਤਾ ਸਿੰਘ ਨੂੰ ਦੇਖ ਕੇ ਇੰਨਾ ਖੁਸ਼ ਹੋਏ ਵੀ ਇਹੋ ਜਿਹੇ ਨੌਜਵਾਨ, ਉਹਨਾਂ ਨੇ ਇੰਗਲਿਸ਼ ਦਾ ਪੀਰੀਅਡ ਸੀ, ਸਿਰਫ ਇਹੋ ਹੀ ਕਿਹਾ ਕਿ ਬਹੁਤ ਮਿਹਨਤ ਕਰਨੀ ਹੈ ਕਿਉਂਕਿ ਦੇਸ਼ ਨੂੰ ਬਹੁਤ ਵਧੀਆ ਨੌਜਵਾਨਾਂ ਦੀ ਜ਼ਰੂਰਤ ਹੈ ਤਾਂ ਕਿ ਬਹੁਤ ਵਿਕਾਸ ਹੋ ਸਕੇ ਸਾਡੇ ਦੇਸ਼। ਮੈਂ ਜੇ ਉਹਨਾਂ ਦੀਆਂ ਕਹਾਣੀਆਂ ਛੇੜਾਂ ਘੰਟਿਆਂ ਬੱਧੀ, ਹੋ ਸਕਦਾ ਮਹੀਨੇ ਲੱਗ ਜਾਣ, ਇੰਨੀ ਵੱਡੀ ਕਿਤਾਬ ਹੈ ਸਰਦਾਰ ਨਰਾਤਾ ਸਿੰਘ। ਪਰ ਮੈਂ ਥੋੜ੍ਹਾ ਜਿਹਾ ਬਰੀਫ 2-4 ਮਿੰਟਾਂ 'ਚ ਆਪਣੀ ਗੱਲ ਕਰਕੇ ਵਿਖਾਵਾਂਗਾ। ਪੜ੍ਹਨ ਤੋਂ ਬਾਅਦ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਇਸ ਇਲਾਕੇ 'ਚ, ਖਾਸ ਤੌਰ 'ਤੇ ਇਹ ਜਿੰਨੇ ਪਿੰਡ ਇਸ ਇਲਾਕੇ, ਸਰਦਾਰ ਨਰਾਤਾ ਸਿੰਘ ਹਰ ਕਿਸੇ ਨੂੰ ਉਹਨਾਂ ਦਾ ਨਾਂ ਯਾਦ ਸੀ। ਜ਼ਿਆਦਾ ਉਹ ਕਹੇੜੀ ਵਕਤ ਗੁਜ਼ਰਿਆ, ਉਹਨਾਂ ਦੀ ਉਮਰ ਦਾ ਕੜੂਏ ਪੈਦਾ ਹੋਏ, ਕੜੂਏ 'ਚ ਵੀ ਬਹੁਤ ਪਾਪੂਲਰ ਜਿਹਦੇ ਸਿੱਟੇ ਵਜੋਂ, ਬਾਵਜੂਦ ਇਸ ਦੇ ਕੇ ਸਰਦਾਰ ਬਚਿੱਤਰ ਸਿੰਘ MLA ਹੁੰਦੇ ਸੀ, ਬਹੁਤ ਪਿਆਰ ਸੀ ਉਹਨਾਂ ਨਾਲ, ਰਿਸ਼ਤੇਦਾਰੀ ਵੀ ਸੀ, ਪਰ ਕਿਉਂਕਿ ਕਾਂਗਰਸ ਨਾਲ ਜੁੜੇ ਹੋਏ ਹੋਣ ਕਰਕੇ ਉੱਥੇ ਦੇ MLA ਸਰਦਾਰ ਜਗਤ ਸਿੰਘ ਕੜੂਏ ਦੇ MLA, ਉਹਨਾਂ ਨੂੰ ਟਿਕਟ ਮਿਲ ਗਿਆ। ਬਸ ਕੀ ਸੀ ਫਿਰ ਦਿਨ ਰਾਤ ਇੱਕ ਕਰਕੇ, ਤੁਸੀਂ ਹੈਰਾਨ ਹੋਵੋਗੇ,
ਸਭ ਕਹਿੰਦੇ ਸੀ ਵੀ ਸਰਦਾਰ ਜੰਗ ਸਿੰਘ ਰਿਕਰੂਟਮੈਂਟ ਰਹੇ ਨਹੀਂ, ਉਹਨਾਂ ਨੂੰ ਕਿਹੜੇ ਵੋਟ ਲੈਣੀ ਹੈ। ਪਰ ਵਾਰੇ ਜਾਈਏ ਸਰਦਾਰ ਨਾਤਾ ਸਿੰਘ ਦੇ ਕਿ ਬਹੁਤ ਮੈਜੋਰਿਟੀ ਵੋਟਾਂ ਦੇ ਨਾਲ ਸਰਦਾਰ ਜੰਗ ਸਿੰਘ ਐਮ ਐਲ ਏ ਬਣੇ। ਫਿਰ ਸਰਦਾਰ ਜੰਗ ਸਿੰਘ ਦੀ ਮਾਰਚਿਤ ਵੀ ਨਹੀਂ ਸੀ ਪਿੰਡਾਂ 'ਚ ਕਿਤੇ ਵੀ। ਐਕਚੁਅਲੀ ਅਸਲ 'ਚ ਐਮ ਐਲ ਏ ਘਰੂਆ ਨਰਾਤਾ ਸਿੰਘ ਘਰੂਆਈ ਸੀ। ਪਿੰਡਾਂ 'ਚ ਸਕੂਲ ਜਿੰਨੇ ਪਿੰਡ ਸੀ ਸਾਰੇ ਜਿੰਨੇ ਹਾਈ ਸਕੂਲ ਇੱਥੇ ਪੁਰਾਣੇ ਖੁੱਲ੍ਹੇ ਹੋਏ ਆ ਉਹ ਸਰਦਾਰ ਨਰਾਤਾ ਸਿੰਘ ਦੀ ਰਿਕਮੈਂਡੇਸ਼ਨ 'ਤੇ। ਔਰ ਸਭ ਤੋਂ ਪਹਿਲਾਂ ਜਿਹੜੇ ਪਿੰਡ ਹੈ ਅੰਡਾਲਾ ਉੱਥੇ ਹਾਈ ਸਕੂਲ ਬਣਾਇਆ ਅਤੇ ਪਹਿਲਾ ਹੈਡਮਾਸਟਰ ਮੈਂ ਹੀ ਲੱਗਿਆ ਸੀ ਉੱਥੇ। ਸਰਦਾਰ ਨਰਾਤਾ ਸਿੰਘ ਨੇ ਮੈਨੂੰ ਕਿਹਾ ਵੀ ਇੱਥੇ ਆਉਂਦਾ। ਬੜਾ ਪਿਆਰ ਸੀ ਸਾਡਾ, ਮੁਹੱਬਤ ਬੜੀ ਸੀ ਅਤੇ ਜਿਹੜੀ ਵੀ ਉਹਨਾਂ ਕੋਲ ਜਾ ਕੇ ਰਹਿਣਾ। ਉਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਬੜੀ ਯਾਨੀ ਇਹ ਨਹੀਂ ਕਿ ਪੋਲੀਟਿਕਸ 'ਚ ਸਮਾਜਿਕ ਤੌਰ 'ਤੇ ਵੀ ਧਾਰਮਿਕ ਤੌਰ 'ਤੇ ਵੀ ਕਿਤੇ ਵੀ ਕਿਸੇ ਤਨ ਮਨ ਧਨ ਨਾਲ ਕਿਸੇ ਤਰ੍ਹਾਂ ਦੀ ਸੇਵਾ ਕਰਨੀ ਪੈਂਦੀ ਹਮੇਸ਼ਾ ਤਤਪਰ ਰਹੇ ਸੀ। ਫਿਰ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਇੱਥੇ ਕਲੇੜੀ ਦੇ ਵੀ ਘੁੰਮੇ ਦਾ ਮੈਂ ਸਾਰਿਆਂ ਨੂੰ ਪਛਾਣਦਾ ਹੈ। ਕਈ ਤਾਂ ਇਹੋ ਜਿਹੇ ਮੇਰੇ ਘੁੰਮੇ ਦੇ ਸਟੂਡੈਂਟ ਹੈ ਜਿਹੜੇ ਮੇਰੇ ਨਾਲੋਂ ਵੀ ਜ਼ਿਆਦਾ ਬਜ਼ੁਰਗ ਨਜ਼ਰ ਆ ਰਹੇ ਮੈਨੂੰ ਬਹੁਤ ਸਾਰੇ ਬੈਠੇ ਇੱਥੇ। ਉਹਨਾਂ ਨੇ ਇੰਨੀ ਸੇਵਾ ਕੀਤੀ ਹੈ, ਬੜੀਆਂ ਖਜਰਾਂ ਆਉਂਦੀਆਂ, ਬੜੀਆਂ ਮੁਸ਼ਕਿਲਾਂ ਆਉਂਦੀਆਂ। ਵਿਆਹ ਸ਼ਾਦੀ ਹੋ ਗਈ, ਬਹੁਤ ਵਧੀਆ ਪਤਨੀ ਮਿਲੀ, ਅਸੀਂ ਤਾਂ ਪਿੰਦਰ ਕਹਿ ਕੇ ਬੁਲਾਉਂਦੇ ਉਹਨਾਂ ਨੂੰ। ਉਹੋ ਜਿਹੀ ਨੇ ਮੈਂ ਹੈਰਾਨ ਹੈ, ਨਹੀਂ ਹਰ ਘਰ 'ਚ ਕੋਈ ਨਾ ਕੋਈ ਝਗੜਾ ਜ਼ਰੂਰ ਹੁੰਦਾ, ਕਦੇ ਮੌਕਾ ਹੀ ਨਹੀਂ ਮਿਲਿਆ। ਬੇਟਾ ਵਿਸ਼ਾਲ ਬਿਲਕੁਲ ਨਕਸ਼ੇ ਕਦਮ 'ਤੇ ਚੱਲ ਗਿਆ, ਘਰ ਕਿਸੇ ਕਿਸਮ ਦੀ ਕਮੀ ਨਹੀਂ। ਬਸ ਜੇ ਕਮੀ ਹੈ ਉਹ ਯਾਰ ਦੀ, ਸਾਡੇ ਮਿੱਤਰ ਦੀ, ਉਹ ਜ਼ਰੂਰ ਹੈ। ਪਰ ਇਹ ਵੀ ਸਾਨੂੰ ਪਤਾ ਹੈ ਵੀ ਜਿਸ ਜਿਹੜਾ ਕੋਈ ਇੱਥੇ ਆਇਆ ਬੱਚੇ ਦੇ ਜਾਣਾ, ਇਸ ਕਰਕੇ ਟੈਗ ਇਹੀ ਵੀ ਹੋਣ ਦੀ ਲੋੜ ਨਹੀਂ ਹੈ, ਹਿੰਮਤ ਰੱਖਣੀ ਚਾਹੀਦੀ। ਉਸੇ ਚੀਜ਼ ਨੂੰ ਕਾਇਮ ਰੱਖਦਿਆਂ ਹੋਇਆ ਜਦ ਵੀ ਕਦੇ ਤੁਸੀਂ ਦੇਖਿਆ ਹੋਣਾ ਵੀ ਸਾਡੀ ਇਹ ਕੰਸਟੀਚੁਐਂਸੀ ਇੱਕ ਹੁੰਦੀ ਸੀ ਖਰੜ ਕੰਸਟੀਚੁਐਂਸੀ, ਘਰੂਆ ਪਿੰਡ ਉਸੇ ਚੰਬਲ ਸਾਡੇ ਹੋਣ ਦੇ ਮਾਣਯੋਗ ਐਮ ਐਲ ਏ ਸਰਦਾਰ ਬਲਬੀਰ ਸਿੰਘ ਸਿੱਧੂ ਇਲੈਕਸ਼ਨ ਲੜ ਰਹੇ ਸੀ। ਹੈਰਾਨ ਹੋਵੋਗੇ ਵੀ ਘਰੂਏ 'ਚ ਜਿਸ ਵੇਲੇ ਗਏ ਨਾ, ਮੇਰਾ ਖਿਆਲ 99% ਵੋਟਾਂ ਸਰਦਾਰ ਨਾਤਾ ਸਿੰਘ ਘਰੂਏ ਕਰਕੇ ਸਰਦਾਰ ਬਲਬੀਰ ਸਿੰਘ ਸਿੱਧੂ ਨੂੰ। ਔਰ ਬਲਬੀਰ ਸਿੰਘ ਸਿੱਧੂ ਉਸ ਵੇਲੇ ਬਹੁਤ ਅੱਛੀਆਂ ਵੋਟਾਂ ਨਾਲ ਉੱਥੋਂ ਕਾਮਯਾਬ ਹੋਏ। ਫਿਰ ਉਹਨਾਂ ਨੇ ਪੱਲਾ ਨਹੀਂ ਛੱਡਿਆ, ਇੱਕ ਦਿਨ ਵੀ ਮੋਢੇ ਨਾਲ ਮੋਢਾ ਲਾ ਕੇ ਸਰਦਾਰ ਬਲਬੀਰ ਸਿੰਘ ਦੇ ਨਾਲ ਰਹੇ ਹੋ। ਭਾਵੇਂ ਤਨ ਭਾਵੇਂ ਧਨ ਭਾਵੇਂ ਦੋਸਤ ਮਿੱਤਰ ਪਿੰਡ ਦੇ ਵੋਟਰ ਲੋਕ ਕੱਲਿਆਂ ਜਾ ਕੇ ਵੀ ਮੈਨੂੰ ਵੀ ਕਈ ਵਾਰੀ ਕਹਿਣਾ ਉਹ ਚਲੀ ਉੱਥੇ ਜਾ ਕੇ ਚਲੋ ਉੱਥੇ ਜਾ ਕੇ ਥਾਂ ਥਾਂ 'ਤੇ ਜਾਣਾ। ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਸਾਨੂੰ ਫਖਰ ਹੈ ਕਿ ਉਹਨਾਂ ਦੀ ਚੋਣ ਜਿਹੜੀ ਸੀ ਜਿਹੜੀ ਸਾਡੇ ਤੱਕ ਵੀ ਪਹੁੰਚਾਈ ਉਹ ਠੀਕ ਸੀ, ਕਿਉਂਕਿ ਇੱਕ ਬਹੁਤ ਸ਼ਰੀਫ ਇਮਾਨਦਾਰ ਜਿਹਨੇ ਕਾਨਸਟੀਚੁਐਂਸੀ ਰਚ ਕੇ ਮਿਹਨਤ ਕੀਤੀ ਹੈ। ਔਰ ਹੁਣ ਵੀ ਅੱਜ ਕੱਲ੍ਹ ਸਾਡੇ ਐਮ ਐਲ ਏ ਹੈ ਸਰਦਾਰ ਬਲਬੀਰ ਸਿੰਘ ਸਿੱਧੂ, ਭਾਵੇਂ ਕਾਨਸਟੀਚੁਐਂਸੀ ਘਰੂਆਂ ਤੋਂ ਬਾਹਰ ਨਿਕਲ ਗਿਆ ਪਰ ਸਾਡੀ ਕਾਨਸਟੀਚੁਐਂਸੀ 'ਚ ਥੰਪਿੰਗ ਮੈਜੋਰਿਟੀ ਨਾਲ ਹਰ ਵਾਰੀ ਐਮ ਐਲ ਏ ਬਣਦੇ। ਇਹ ਉਹਨਾਂ ਦੇ ਜੀਵਨ ਦੀ ਮੈਂ ਥੋੜ੍ਹੀ ਝਲਕ ਹੈ ਕਿ ਬਹੁਤ ਵੱਡੀਆਂ ਜੀ ਗੱਲਾਂ ਕਰਾਂ। ਇਸ ਵੇਲੇ ਵੀ ਉਹ ਆਪਣੇ 7 ਫੇਜ਼ ਦੇ ਸੋਸ਼ਲ ਵੈਲਫੇਅਰ ਦੇ ਵਾਈਸ ਲੀਡਰ ਸੀ। ਅਸੀਂ ਹਰ ਮਹੀਨੇ ਜਿਸ ਦਿਨ ਸਾਡੇ ਕੋਲ ਚਲੇ ਗਏ ਉਸ ਤੋਂ ਵੀ 4-5 ਦਿਨ ਪਹਿਲਾਂ ਅਸੀਂ ਇਕੱਠੇ ਸੀ। ਥੋੜ੍ਹੀ ਸਿਹਤ ਸਾਰੀ ਦੁਨੀਆ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦੇ ਆਨੰਦ ਮਾਣ ਦੀ ਵਰਸਾ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਡੇ ਉਸ ਵੱਡੇ ਭਰਾ, ਇੱਕ ਬਹੁਤ ਹੀ ਨੇਕ ਇਮਾਨਦਾਰ ਇਨਸਾਨ ਸਰਦਾਰ ਨਰਾਤਾ ਸਿੰਘ ਜੀ ਨੂੰ ਆਪਣੀ ਸ਼ਰਧਾ ਅਤੇ ਅਕੀਦਤ ਦੇ ਫੁੱਲ ਭੇਟ ਕਰਨ ਆਏ। ਬਾਬਾ ਨਾਨਕ ਕਹਿੰਦੇ ਨੇ ਹਮ ਆਦਮੀ ਹਾਂ ਇੱਕ ਦਮ। ਮਸਕੀਨ ਸਾਹਿਬ ਵੀ ਕਥਾ 'ਚ ਦੱਸਦੇ ਹੁੰਦੇ ਸੀ ਕਿ ਅਸੀਂ ਇਸ ਦੁਨੀਆਂ ਦੇ ਵਿੱਚ ਸਾਲ ਮਹੀਨੇ ਨਹੀਂ ਲੈ ਕੇ ਆਏ, ਅਸੀਂ ਗਿਣੇ ਹੋਏ ਸਾਹ ਲੈ ਕੇ ਆਏ। ਇਸ ਦੁਨੀਆਂ 'ਤੇ ਬਹੁਤ ਹੀ
ਵੱਡੇ ਵੱਡੇ ਪੀਰ ਔਲੀਆ ਅਵਤਾਰ ਆਏ, ਵੱਡੇ ਵੱਡੇ ਸੂਰਬੀਰ ਯੋਧਾ ਆਏ, ਲੇਕਿਨ ਜਦੋਂ ਉਹਨਾਂ ਦਾ ਸਮਾਂ ਸਮਾਪਤ ਹੋ ਗਿਆ, ਇੱਕ ਦਿਨ ਉਹਨਾਂ ਨੂੰ ਜਾਣਾ ਪਿਆ। ਅੱਜ ਇਹੀ ਭਾਣਾ ਸਾਰਾ ਨਰਾਤਾ ਸਿੰਘ ਦੇ ਪਰਿਵਾਰ ਨਾਲ ਬੀਤਿਆ। ਬਹੁਤ ਮੈਂ ਸਮਝਦਾ ਘਾਟਾ ਪਿਆ ਸਾਡੇ, ਖਾਸ ਕਰਕੇ ਚੰਡੀਗੜ੍ਹ ਕਾਂਗਰਸ ਨੂੰ। ਇੱਕ ਬਹੁਤ ਹੀ ਲਗਨ ਦੇ ਨਾਲ, ਮਿਹਨਤ ਕਰਨ ਦੇ ਨਾਲ ਸਾਡੇ ਨੇਤਾ ਪਵਨ ਬੰਸਲ ਜੀ ਬੈਠੇ ਨੇ, ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਵਾਲੇ ਨੇਤਾ ਤੋਂ ਅਸੀਂ ਅੱਜ ਵਾਂਝੇ ਹੋ ਗਏ। ਫਿਰ ਵੀ ਕਿਉਂਕਿ ਜੋ ਆਇਆ ਸੋ ਚੱਲ ਸੀ, ਸਭ ਤੋਂ ਆਈ ਵਾਰੀ ਹੈ, ਅਰਦਾਸ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਸੀਂ ਬੈਠੇ ਹਾਂ। ਮੈਂ ਸਮਝਦਾ ਇਸ ਤੋਂ ਵੱਡਾ ਧਾਰਸ ਸਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਉਹਨਾਂ ਦਾ ਜੀਵਨ ਬਹੁਤ ਹੀ ਨੇਕ ਇਨਸਾਨ ਦਾ ਜੀਵਨ ਸੀ। ਅੱਜ ਤੱਕ ਜਿਹੜੀ ਜੀ ਸਫੇਦ ਚਾਦਰ ਲੈ ਕੇ ਆਏ ਸੀ, ਉਹ ਜੀ ਸਫੇਦ ਚਾਦਰ ਲੈ ਕੇ ਬੇਦਾਗ ਇਸ ਦੁਨੀਆਂ ਤੋਂ ਗਏ ਨੇ। ਪਿੰਡ ਵਿੱਚ ਬੈਠੇ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਜਾਣੇ ਸਰਦਾਰ ਨਰਤਾ ਸਿੰਘ ਜੀ ਦੀ ਅੰਦਰ ਬਰਾਸ ਇਕੱਠੇ ਹੋਏ ਹਾਂ, ਜਿਨ੍ਹਾਂ ਦਾ ਜੀਵਨ ਬਹੁਤ ਹੀ ਵਧੀਆ ਰਿਹਾ। ਜਿਵੇਂ ਛੋਟੀ ਸਾਹਿਬ ਨੇ ਦੱਸਿਆ ਵੀ ਫੌਜ ਟਾਈਮ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ, ਮੈਨੂੰ ਵੀ ਸਰਦਾਰ ਨਰਤਾ ਸਿੰਘ ਨੂੰ ਮਿਲਣ ਦਾ 2007 'ਚ ਮੌਕਾ ਮਿਲਿਆ, ਜਦੋਂ ਸਾਡੇ ਸਰਦਾਰ ਰਣਜੀਤ ਸਿੰਘ ਸਿੱਧੂ ਨੂੰ ਇੱਥੋਂ ਟਿਕਟ ਮਿਲੀ। ਮੈਂ ਵੀ ਉਦੋਂ ਉੱਥੇ ਬਲਾਕ ਪ੍ਰਧਾਨ ਸੀ ਅਤੇ ਇਕੱਠੇ ਕੰਮ ਕੀਤਾ ਅਤੇ ਬਹੁਤ ਹੀ ਵਧੀਆ ਇਨਸਾਨ ਸੀਗੇ, ਹਮੇਸ਼ਾ ਚੰਗੀ ਸੋਚ, ਇਮਾਨਦਾਰ, ਮਤਲਬ ਜਦੋਂ ਵੀ ਕਿਸੇ ਨੂੰ ਸਿੱਖਿਆ ਦੇਣੀ ਬਹੁਤ ਵਧੀਆ, ਚੰਗੇ ਐਟੀਕੇ, ਚੰਗੀ ਮਤਲਬ ਅੱਗੇ ਦਿੰਦੇ ਸੀਗੇ। ਇਹ ਕਹਿਣ ਦਾ ਮਤਲਬ ਬਹੁਤ ਹੀ ਵਧੀਆ ਇਨਸਾਨ ਇਹ ਦੁਨੀਆਂ ਤੋਂ ਚਲੇ ਗਏ ਨੇ, ਜਿਹਨਾਂ ਨੂੰ ਸਾਡਾ ਮੋਹਾਲੀ ਕੀ ਚੰਡੀਗੜ੍ਹ ਕਾਂਗਰਸ ਸਾਰੇ ਯਾਦ ਕਰਦੇ ਰਹਿਣਗੇ। ਕਿਉਂਕਿ ਉਹ ਜਦੋਂ ਵੀ ਇੱਕ ਦੋ ਵਾਰੀ ਮੇਰੇ ਘਰ ਆਏ ਅਤੇ ਹਮੇਸ਼ਾ ਹੀ ਮੈਨੂੰ ਜਦੋਂ ਮੈਂ ਟਿਕਟ ਮਿਲੀ ਉਦੋਂ ਵੀ ਮੈਨੂੰ ਉਹਨਾਂ ਦੋ ਚਾਰ ਗੱਲਾਂ ਸਮਝਾਈਆਂ ਕਿ ਬੜੀ ਨਿਮਰਤਾ ਨਾਲ ਰਹਿਣਾ, ਕਿਉਂਕਿ ਜਿਹੜਾ ਗੁੱਸਾ ਹੈ ਉਹ ਹਮੇਸ਼ਾ ਹੀ ਇਨਸਾਨ ਨੂੰ ਤਰੱਕੀ ਨਹੀਂ ਦਵਾਉਂਦਾ, ਹਮੇਸ਼ਾ ਹੀ ਪਿੱਛੇ ਲੈ ਕੇ ਜਾਂਦਾ। ਕਿਉਂਕਿ ਉਹਨਾਂ ਦੀ ਸਿੱਖਿਆ ਦੇ ਅੱਜ ਆਪਾਂ ਨੂੰ ਸਾਰਿਆਂ ਨੂੰ ਚੱਲਣ ਦੀ ਲੋੜ ਹੈ, ਕਿਉਂਕਿ ਸਾਹਿਬ ਨਰਤਾ ਸਿੰਘ ਜੀ ਉਹਨਾਂ ਵਿੱਚੋਂ ਸਾਰੇ ਇੱਕ ਸਨ, ਜਿਹਨਾਂ ਨੂੰ ਬਹੁਤ ਜ਼ਿਆਦਾ ਅਕਲ ਦੇ ਮਾਲਕ ਸੀਗੇ, ਬਹੁਤ ਜ਼ਿਆਦਾ ਮਹਿਸੂਸ ਸੀ ਬੜੀ ਆਪਣਾ। ਕਿਸੇ ਵੀ ਨਜ਼ਦੀਕੀ ਰਿਸ਼ਤੇਦਾਰ, ਦੋਸਤ, ਸਾਥ ਸੰਬੰਧੀ ਤਸਦੀਕੀ ਵਿਛੋੜਾ ਦੇ ਕੇ ਚਲੇ ਜਾਣਾ ਦੁਖਦਾਈ ਹੁੰਦਾ ਹੈ। ਇਹ ਦੁੱਖ ਹੋਰ ਵੀ ਗਹਿਰਾ ਹੋ ਜਾਂਦਾ ਹੈ ਜਦ ਜਾਣ ਵਾਲਾ ਇਨਸਾਨ ਇੱਕ ਨੇਕ ਇਨਸਾਨ ਹੋਵੇ। ਸਰਦਾਰ ਨਰਤਾ ਸਿੰਘ ਜੀ ਦਾ ਸਾਡੇ ਵਿੱਚੋਂ ਹਮੇਸ਼ਾ ਦੇ ਵਾਸਤੇ ਸਾਨੂੰ ਵਿਛੋੜਾ ਦੇ ਕੇ ਚਲੇ ਜਾਣਾ ਸਾਰਿਆਂ ਦੇ ਵਾਸਤੇ ਇੱਕ ਅਜਿਹੀ ਹੀ ਘਟਨਾ ਘਟੀ ਹੈ। ਸੋਢੀ ਸਾਹਿਬ ਆਪਣਾ 60 ਸਾਲਾਂ ਤੋਂ ਵੀ ਉੱਪਰ ਦਾ ਉਹਨਾਂ ਦੇ ਨਾਲ ਆਪਣਾ ਰਿਸ਼ਤਾ ਦੱਸ ਰਹੇ ਸਨ। 40 ਵਰ੍ਹਿਆਂ ਤੋਂ ਉੱਪਰ ਮੇਰਾ ਵੀ ਉਹਨਾਂ ਦੇ ਨਾਲ ਵਾਸਤਾ ਰਿਹਾ ਹੈ। ਯੂਥ ਕਾਂਗਰਸ ਦੇ ਦਿਨਾਂ ਦੇ ਵਿੱਚ ਹੀ ਉਹਨਾਂ ਨਾਲ ਮੁਲਾਕਾਤ ਹੋਈ ਅਤੇ ਜਦ ਚੰਡੀਗੜ੍ਹ ਦੇ ਵਿੱਚੋਂ ਚੁਣਾਵ ਲੜਨ ਦਾ ਮੌਕਾ ਮਿਲਿਆ ਤਾਂ ਜੀ ਜਾਨ ਦੇ ਨਾਲ ਉਹਨਾਂ ਨੇ ਆਪਣਾ ਚੁਣਾਵ ਸਮਝ ਕੇ ਉਸ ਦੇ ਵਿੱਚ ਇਮਦਾਦ ਕੀਤੀ ਅਤੇ ਕੰਪੇਨ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਪਿੰਡਾਂ ਦੇ ਵਿੱਚ ਜਾਣੂ ਜੀ ਲੋਕਾਂ ਦੇ ਨਾਲ ਉਸ ਵਕਤ ਮੈਨੂੰ ਕਰਵਾਇਆ। ਇੱਕ ਬਹੁਤ ਹੀ ਨੇਕ ਇਨਸਾਨ ਸਨ ਜਿਸ ਨੂੰ ਵੀ ਮਿਲਣਾ ਉਸਨੂੰ ਆਪਣਾ ਹੀ ਬਣਾ ਲੈਂਦੇ ਸਨ। ਇਹ ਖੂਬੀ ਸੀ ਉਹਨਾਂ ਦੇ ਵਿੱਚ, ਗੱਲ ਸਪਸ਼ਟ ਜ਼ਰੂਰ ਕਰਦੇ ਸਨ ਪਰ ਆਪਣੇ ਸ਼ਬਦ ਕੋਈ ਕੌੜੇ ਨਹੀਂ ਸਨ ਹੁੰਦੇ। ਹਰ ਇੱਕ ਨਾਲ ਨਮਰਤਾ ਦੇ ਨਾਲ ਗੱਲ ਕਰਨੀ, ਹਰ ਇੱਕ ਨੂੰ ਮਿਠਾਸ ਦੇ ਨਾਲ ਆਪਣੀ ਗੱਲ ਕਹਿ ਦੇਣੀ ਅਤੇ ਇਹੀ ਬਹੁਤ ਵੱਡੀ ਇਨਸਾਨ ਦੀ ਆਪਣੀ ਸ਼ਖਸੀਅਤ ਦੀ ਖੂਬੀ ਹੁੰਦੀ ਹੈ। ਇੱਕ ਅਜਿਹੀ ਨੇਕ ਇਨਸਾਨ ਹਰ ਵਕਤ ਲੋਕਾਂ ਦੇ ਦਿਲ ਦੇ ਵਿੱਚ ਵਸ ਜਾਂਦੇ ਨੇ। ਕੁਝ ਸਮੇਂ ਤੋਂ ਜਿਵੇਂ ਕਿ ਸੋਢੀ ਸਾਹਿਬ ਨੇ ਉਹ ਵੀ ਦੱਸਿਆ, ਚੰਡੀਗੜ੍ਹ ਤੋਂ ਜ਼ਿਆਦਾ ਸਰਦਾਰ ਰਣਜੀਤ ਸਿੰਘ ਜੀ ਹੋਰਾਂ ਨਾਲ ਮੋਹਾਲੀ ਦੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ
ਸਾਡੇ ਬਹੁਤ ਹੀ ਰੰਗਲੇ ਸੱਜਣ ਸਰਦਾਰ ਨਰਾਪਾ ਸਿੰਘ ਜੀ ਘੜੂਆ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਤਰੇ ਸਾਹਿਬ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ ਮੇਰੇ ਰੰਗਲੇ ਜੈ ਸੁੱਤੇ ਜੀ ਰਾਮ ਜੀਓ, ਸਰਦਾਰ ਨਰਾਪਾ ਸਿੰਘ ਜੀ ਇੱਕ ਬਹੁਤ ਰੰਗਲੇ ਸੱਜਣ ਸੀ ਔਰ ਤਕਰੀਬਨ 85 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਤੋਂ ਉਹਨਾਂ ਨੇ ਕੂਚ ਕੀਤਾ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ 85 ਸਾਲਾਂ ਦੇ ਵਿੱਚ ਕਿਸੇ ਇੱਕ ਦਿਨ ਉਹਦੇ ਚਿਹਰੇ ਸਿੱਖ ਨਹੀਂ ਦੇਖੇ। ਮੇਰਾ ਉਹਨਾਂ ਦਾ ਵਾਸਤਾ ਸੋਢੀ ਸਾਹਿਬ ਦੱਸਿਆ ਕਿ ਜਦੋਂ ਮੈਂ ਇਸ ਪਰਵ ਦਾ ਇਲੈਕਸ਼ਨ ਲੜਿਆ ਉਹ ਮੇਰੇ ਮੁਕਾਬਲੇ ਸਰਦਾਰ ਬਚਿੱਤਰ ਸਿੰਘ ਪਟਿਆਲਾ ਉਹਨਾਂ ਦੀ ਧਰਮ ਪਤਨੀ ਬੀਬੀ ਦਲਜੀਤ ਕੌਰ ਸੀ। ਉਹ ਇਲੈਕਸ਼ਨ 'ਚ ਉਹਨਾਂ ਨੇ ਸਿਰਫ ਉਹਨਾਂ ਦੀ ਮਦਦ ਕੀਤੀ ਕਿਉਂਕਿ ਮੈਨੂੰ ਜਾਣਦੇ ਨਹੀਂ ਸੀ। ਪਰ ਉਸ ਤੋਂ ਬਾਅਦ ਤੋਂ ਮੇਰਾ ਵਾਸਤਾ ਉਹਨਾਂ ਨਾਲ ਪਿਆ। ਮੈਂ ਭਾਵੇਂ ਝੰਡਾ ਮੇਰਾ ਚਿੱਟਾ ਸੀ ਅਤੇ ਭਾਵੇਂ ਅਤੇ ਨਿਰੰਗਾ ਸੀ, ਤਾਂ ਸਾਹਿਬ ਰਾਤਾ ਸਿੰਘ ਨੇ ਸਭ ਤੋਂ ਬੁਰੇ ਲੱਗ ਕੇ ਮੇਰੀ ਉਸ ਵੇਲੇ ਅਗਵਾਈ ਕੀਤੀ। ਮੈਂ ਕਹਿ ਸਕਦਾ ਕਿ ਸਾਹਿਬ ਰਾਤਾ ਸਿੰਘ ਇੱਕ ਬਹੁਤ ਵੱਡੀ ਸੰਸਥਾ ਸੀ। ਸਰ ਜਗ ਸਿੰਘ ਘੜੂਆ ਜਦੋਂ ਟਿਕਟ ਲੈ ਕੇ ਆਏ ਸੀ ਪਿੰਡ ਦੇ ਵਿੱਚ, ਜਿਵੇਂ ਸੋਢੀ ਸਾਹਿਬ ਨੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ, ਉਹਨਾਂ ਨੇ ਸਾਰਾ ਪਿੰਡ ਘੜੂਆ ਇਕੱਠਾ ਕੀਤਾ। ਘੜੂਆ ਪਿੰਡ ਕੱਟੜ ਪੰਥਕ ਪਿੰਡ ਸੀ, ਉਸ ਤੋਂ ਪਹਿਲਾਂ ਵੀ ਕਿਹਾ ਟਿਕਟ ਮਿਲੀ ਸੀ। ਉਹਨਾਂ ਪਿੰਡ ਦੇ ਲੋਕਾਂ ਨੇ ਪਾਤਸ਼ਾਹ ਦੇ ਬਾਰੇ ਸੋਚ ਸੱਜਣ ਕਿ ਕਿੱਥੋਂ ਇਹ ਕਾਂਗਰਸ ਟਿਕਟ ਲੱਗੇ ਆ ਗਏ। ਤਾਂ ਜਦੋਂ ਆਏ ਉਹਨਾਂ ਝੋਲਿਆਂ ਨੇ ਕਿਹਾ ਭਾਈ ਟਿਕਟ ਮੈਨੂੰ ਨਹੀਂ ਮਿਲੀ, ਘੜੂਏ ਪਿੰਡ ਨੂੰ ਮਿਲੀ। ਘੜੂਏ ਪਿੰਡ ਐਡਾ ਵੱਡਾ ਪਿੰਡ ਹੈ ਕਿ ਕੋਈ ਐਸਾ ਪਿੰਡ ਨਹੀਂ ਇਸ ਕੰਸਟੀਚੁਐਂਸੀ ਦੇ ਉੱਤੇ ਘੜੂਏ ਪਿੰਡ ਦੀਆਂ ਪਾਸਾਂ ਤੇ ਰਿਸ਼ਤੇਦਾਰੀਆਂ ਦਾ ਹੋ। ਤੇ ਉਹਨਾਂ ਨੂੰ ਉਂਗਲ ਫੜ ਕੇ ਤੋਰਿਆ। ਸਾਹਿਬ ਰਾਤਾ ਸਿੰਘ ਦਾ ਕੋਲਡ ਸਟੋਰ ਸੀ ਔਰ ਵੱਡੇ ਵੱਡੇ ਜ਼ਿਮੀਂਦਾਰ ਸਾਰੇ ਇਲਾਕੇ ਦੇ ਉਹਨਾਂ ਦੇ ਕਸਟਮਰ ਸੀ ਔਰ ਘਰ ਘਰ ਜਾ ਕੇ ਉਹਨਾਂ ਨੇ ਵੋਟਾਂ ਮੰਗ ਕੇ ਉਦੋਂ 4-5 ਹਜ਼ਾਰ ਫੁੱਟ ਦੇ ਰੇਟ ਤੇ ਸਾਡੇ ਜਲਸੇ ਕਰਵਾਏ ਹੋਏ ਮੇਲੇ ਬਣੇ। ਔਰ ਜਦੋਂ ਮੇਰੇ ਨਾਲ ਗੱਡੀ 'ਚ ਬੈਠਦੇ ਸੀ ਤਾਂ ਫਲਾਣੇ ਦੇ ਘਰ ਚਲੀਏ, ਫਲਾਣੇ ਦੇ ਘਰ ਚਲੀਏ, ਤੇ ਤੁਸੀਂ ਕਹਿੰਦੇ ਵੀ ਜੋ ਪਿੰਡ 'ਚ ਜਾਂਦੇ ਸੀ ਹਰ ਬੰਦਾ ਪਛਾਣਦਾ ਨਰਾਪਾ ਸਿੰਘ ਘੜੂਆ ਕੋਲਡ ਸਟੋਰ ਵਾਲੇ। ਜੇ ਮੇਰੇ ਵਪਾਰ 'ਚ ਚੰਗਾ ਵਿਵਹਾਰ ਹੋਵੇ ਤਾਂ ਲੋਕਾਂ ਤੋਂ ਕਹਿੰਦੇ, ਮੇਰੇ ਵਪਾਰ ਦੇ ਵਿੱਚ ਵਿਵਹਾਰ ਚੰਗਾ ਨਾ ਹੋਵੇ ਤਾਂ ਲੋਕ ਉਹਨੂੰ ਮੂੰਹ ਨਹੀਂ ਲਾਉਂਦੇ। ਸਦਰਾਤਾ ਸਿੰਘ ਘੜੂਏ ਨੇ ਜਿੱਥੇ ਸਰ ਜਗ ਸਿੰਘ ਘੜੂਏ ਨੂੰ ਉਂਗਲ ਫੜ ਕੇ ਤੋਰਿਆ ਉੱਥੇ ਮੈਨੂੰ ਵੀ ਉਂਗਲ ਫੜ ਕੇ ਗਲੀ 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 ਲੈ ਕੇ ਗਏ। ਤਾਂ ਜਦੋਂ ਦੀ ਬਦੌਲਤ ਸੋਢੀ ਸਾਹਿਬ ਜੋਸ਼ੀ ਸਾਹਿਬ ਅੱਜ ਹੈ ਨਹੀਂ ਇੱਥੇ। ਇਹ ਸਾਰੀ ਟੀਮ ਜਿਹੜੀ ਸੀ, ਸਰ ਗਿਆਨ ਸਿੰਘ ਰਿਟਾਇਰ ਤਹਿਸੀਲਦਾਰ ਉਹ ਵਿਚਾਰੇ ਚਲੇ ਗਏ, ਸਰ ਬਾਂਗੜ ਸਾਹਿਬ ਉਹ ਵੀ ਚਲੇ ਗਏ। ਇਹ ਸਾਰੇ ਬੰਦੇ ਕਿਸੇ ਦਾ ਮੇਰੇ ਇੱਕ ਤਰ੍ਹਾਂ ਦੇ ਕਹਿੰਦੇ ਵੀ ਕਿਸ਼ਤੀ ਦਾ ਮਲਾਹ, ਇਹ ਮਲਾਹ ਸੀ ਤੇ ਕਿਸ਼ਤੀ ਚਲਾਉਂਦੇ ਸੀ ਤੇ ਮੈਨੂੰ ਉਹਨਾਂ ਨੇ ਇੱਥੇ ਪਹੁੰਚਾਇਆ। ਇਸ ਲਈ ਅੱਜ ਸਾਹਿਬ ਨਰਾਪਾ ਸਿੰਘ ਦੇ ਨਾਲ ਪਰਿਵਾਰ ਦੇ ਨਾਲ ਮੇਰਾ ਇੰਨਾ ਤਾਂ ਨਿੱਜੀ ਰਿਸ਼ਤਾ। ਇਸ ਮੌਤ ਤੋਂ ਕੋਈ 5-7 ਦਿਨ ਪਹਿਲਾਂ ਮੈਨੂੰ ਸਵੇਰੇ ਸਵੇਰੇ ਮਿਲਣ ਆਏ ਘੜੂਏ ਪਿੰਡ ਦੇ ਬੰਦੇ। ਜਦੋਂ ਆਉਂਦੇ ਸੀ ਕੰਮ ਕਰਨ ਵਾਸਤੇ ਉਹਨਾਂ ਨੂੰ ਨਾਲ ਲੈ ਆਉਂਦੇ ਸੀ ਤੇ ਮੈਂ ਉਹਨਾਂ ਨੂੰ ਲੜਨਾ ਕਿ ਤੁਸੀਂ ਉਹਨੂੰ ਤੰਗ ਨਾ ਕਰਿਆ ਕਰੋ, ਤੁਸੀਂ ਉਸ ਨੂੰ ਮੈਂ ਥੋੜੇ ਕੰਮ ਸਾਰੇ ਕਰਦਾ। ਉਹ ਕਹਿੰਦੇ ਅਸੀਂ ਤਾਂ ਕਹਿੰਦੇ ਰਾਤ ਚਾਰ ਪਹਿਲਾਂ ਹੋਈ ਬੈਠੇ ਹੁੰਦੇ, ਮੈਂ ਜਾਣਾ ਬਲਵੀਰ ਕੋਲ ਘਰ ਆ ਕੇ ਗੱਲਾਂ ਬਾਤਾਂ ਕਰਨੀਆਂ, ਅੰਦਰ ਜਾ ਕੇ ਬਹਿ ਜਾਣਾ, ਬੱਚਿਆਂ ਕੋਲ ਬੈਠਣਾ। ਵੀ ਇੱਕ ਮੈਂ ਕਹਿ ਸਕਦਾ ਵੀ ਬਹੁਤ ਵਧੀਆ ਦੋਸਤ, ਬਹੁਤ ਵਧੀਆ ਪਿਤਾ, ਬਹੁਤ ਵਧੀਆ ਭਰਾ ਤੇ ਬਹੁਤ ਵਧੀਆ ਪਤੀ ਸਾਹਿਬ ਰਾਤਾ ਸਿੰਘ ਘੜੂਆ ਸੀ। ਇਹ ਸਾਰੇ ਗੁਣ ਸਿੱਖ ਸਕੇ ਔਰ ਪਰਸਨੈਲਿਟੀ ਜਿੱਦੇ ਹੋਸਪਿਟਲ ਗਏ ਨੇ ਉਹਦੇ ਵੀ ਪੂਰੀਆਂ ਮੋਛਾਂ ਖੜੀਆਂ ਕਰਕੇ ਤਿਆਰ ਹੋ ਕੇ ਇਹ ਦਾੜੀ ਪ੍ਰੈਸ ਕਰਕੇ ਪੱਗ ਬੰਨ ਕੇ ਹੋਸਪਿਟਲ ਗਏ ਨੇ, ਪਰ ਪਰਮਾਤਮਾ ਨੂੰ ਗੱਲ ਮਨਜ਼ੂਰ ਨਹੀਂ ਸੀ, ਉਹ ਵਾਪਸ ਨਹੀਂ ਆਏ। ਪਰ ਅੱਜ ਬੜੀ ਦੁੱਖ ਦੀ ਘੜੀ ਹੈ, ਸਾਨੂੰ ਬਹੁਤ ਵੱਡਾ ਦੁੱਖ ਹੈ। ਸਾਨੂੰ ਉੱਥੇ ਵਿਧਾਨ ਸਭਾ 'ਚ ਵਿਪ ਜਾਰੀ ਹੋਇਆ ਸੀ, ਸੀਐਮ ਸਾਹਿਬ ਨੇ ਬੋਲਣਾ ਸੀ, ਕੋਈ ਵੀ ਐਮਐਲਏ ਜਾ ਨਹੀਂ ਸਕਦਾ ਸੀ। ਮੈਂ ਅਤੇ ਬੀਬੀ ਸਿੰਘ ਛੁੱਟੀ ਲੈ ਕੇ ਆਏ ਕਿ ਅਸੀਂ ਉਹਨਾਂ ਦੇ ਰੋਹ ਸ਼ਰਮਾ ਦੇ ਫੁੱਲ ਭੇਟ ਕਰ ਰਹੇ ਹਾਂ। ਇੱਥੇ ਪਹੁੰਚੇ ਅੱਜ ਇਸ ਕੱਟ ਦੇ ਵਿੱਚ ਬਹੁਤ ਸਾਰੀਆਂ ਪ੍ਰੋਮੀਨੈਂਟ
ਸਖਸ਼ੀਤਾਂ ਜਿਵੇਂ ਜਜ਼ਹਾਰ ਸਿੰਘ ਜੀ ਬੈਠੇ ਨੇ, ਭੁਪਿੰਦਰ ਸਿੰਘ ਜੀ ਬੈਠੇ ਨੇ, ਕੁਲਦੀਪ ਸਿੰਘ ਦੇੜੀ ਵਾਲੇ ਬੈਠੇ ਨੇ, ਸ਼ਰਮਾ ਜੀ ਐਡਵੋਕੇਟ ਬੈਠੇ ਨੇ, ਸਾਡੇ ਸਰਪੰਚ ਸਾਹਿਬ ਸੱਜਾ ਸਿੰਘ ਕੁੰਡੀ ਵਾਲੇ ਬੈਠੇ ਨੇ, ਬਾਕਰਪੁਰ ਤੋਂ ਜਗਤਾਰ ਜੀ, ਦਵਿੰਦਰ ਜੀ, ਹਰੀ ਸਿੰਘ ਜੀ, ਮੈਂ ਕੀਰਾ ਵੀ ਦਾ ਨਾਂ ਲਵਾਂ, ਸਾਰੇ ਸ਼ਹਿਰ ਚੋਂ ਸਾਡੇ ਕੌਂਸਲਰ ਰਾਣਾ ਜੀ, ਜੈਨ ਸਾਹਿਬ, ਸੋਮਰ ਸਾਹਿਬ, ਮੈਡਮ ਗਿੱਲ, ਗਿੱਲ ਸਾਹਿਬ, ਇਹ ਸਾਰਾ ਸਾਡੇ ਬਲਾਕ ਦੇ ਭਗਵਾਨ, ਬਲਾਕ ਦੀ ਕਾਂਗਰਸ ਕਮੇਟੀ ਸਾਰੀ, ਮੋਹਨ ਸਿੰਘ ਦੀ ਟੀਮ ਸਾਰੀ, ਸਾਰੇ ਇੱਥੇ ਪਹੁੰਚੇ ਨੇ। ਮੈਂ ਜਿੰਨੀਆਂ ਵੀ ਸ਼ਖਸੀਅਤਾਂ ਇੱਥੇ, ਹੋਰ ਕਾਲੀਦਾਸ ਤੋਂ ਸਾਹਿਬ ਜੀ ਸ਼ਿਕਾਨੋਂ ਬੈਠੇ ਨੇ, ਜਿੰਨੀਆਂ ਵੀ ਸ਼ਖਸੀਅਤਾਂ ਇੱਥੇ ਆਈਆਂ ਨੇ, ਸਾਰੀਆਂ ਦੁਖੀ ਘੜੀਆਂ ਤਸ਼ਰੀਫ ਹੋਈਆਂ ਨੇ, ਉਹਨਾਂ ਸਾਰਿਆਂ ਦਾ ਮੈਂ ਇੱਥੇ ਆਉਣ 'ਤੇ ਬਹੁਤ ਬਹੁਤ ਆਪਣੇ ਵੱਲੋਂ, ਪਰਿਵਾਰ ਵੱਲੋਂ ਔਰ ਸਾਰੇ ਸਾਥੀਆਂ ਵੱਲੋਂ ਧੰਨਵਾਦ ਕਰਦਾ, ਜਿਹਨਾਂ ਨੇ ਸਾਡੇ ਦੁੱਖ ਦੀ ਘੜੀ ਸ਼ਰੀਫ ਦਾ ਦੁੱਖ ਬਣਾਇਆ। ਔਰ ਇਹ ਵੀ ਸਾਡਾ ਛੋਟਾ ਵੀਰ ਜੋ ਕਿ ਬਹੁਤ ਹੀ ਨੇਕ ਬੱਚਾ ਔਰ ਨੇਕ ਪੁੱਤਰ ਹੈ, ਜਿਹੋ ਜਿਹਾ ਨੇਕ ਤੇ ਇਮਾਨਦਾਰ ਇਨਸਾਨ ਸਾਹਿਬ ਰਾਤਾ ਸਿੰਘ ਘੜੂਆ ਸਿੰਘ, ਉਹਦੀ ਖੂਬ ਖੂਬ ਕਾਪੀ ਨੇ, ਔਰ ਮਾਤਾ ਜੀ ਤੇ ਬਹੁਤ ਅੱਛਾ ਪਰਿਵਾਰ, ਪਰਮਾਤਮਾ ਨੇ ਕਿਰਪਾ ਰੱਖੇ ਔਰ ਇਸ ਗੱਲ ਦਾ ਅਹਿਸਾਸ ਹੈ ਸਾਨੂੰ, ਸਾਡਾ ਆਪਣਾ ਪਰਿਵਾਰ ਹਮੇਸ਼ਾ ਪਰਿਵਾਰ ਦੇ ਨਾਲ ਖੜੇ ਆ, ਖੜੇ ਰਹਾਂਗੇ। ਮੈਂ ਵਹਿਗੁਰੂ ਜਨਾ ਫਿਰ ਅਰਦਾਸ ਕਰਦਾ ਤੇ ਅੰਤ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਸ੍ਰੀਕਾਲ ਜੀ, ਅੱਜ ਅਸੀਂ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਸ 3B2 ਵਿਖੇ ਆਇਆ, ਸਾਰੇ ਇਕੱਤਰਿਤ ਹੋਏ ਹਾਂ, ਸਾਰੀ ਸੰਗਤ ਆਈ ਹੈ, ਕਿਉਂਕਿ ਅੱਜ ਅਸੀਂ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸਾਰੇ ਇਕੱਠੇ ਹੋਏ ਹਾਂ। ਸਰਦਾਰ ਨਰੌਤਾ ਸਿੰਘ ਜੀ ਘੜੂਆ ਜੋ ਕਿ ਬਹੁਤ ਸੀਨੀਅਰ ਕਾਂਗਰਸੀ ਆਗੂ ਰਹੇ ਨੇ, ਬਹੁਤ ਪੁਰਾਣੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆਏ ਨੇ ਅਤੇ ਸੋਸ਼ਲ ਤੌਰ 'ਤੇ ਇੱਕ ਬਹੁਤ ਐਕਟਿਵ ਮੈਂਬਰ ਸਨ ਉਹ ਮੋਹਾਲੀ ਸ਼ਹਿਰ ਦੇ, ਜਾਂ ਅਸੀਂ ਕਹਿ ਲਈਏ ਮੋਹਾਲੀ ਜ਼ਿਲ੍ਹੇ ਦੇ। ਸੋ ਬੜੇ ਦੁੱਖਦਾਈ ਗੱਲ ਹੈ, ਸਾਡਾ ਬਹੁਤ ਮਨ ਦੁੱਖਦਾ ਜਦੋਂ ਅਸੀਂ ਸੋਚਦੇ ਹਾਂ ਕਿ ਅੱਜ ਸਰਦਾਰ ਨਰੌਤਾ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ, ਅਕਾਲ ਚਲਾਣਾ ਕਰ ਗਏ ਹਨ, ਸੱਚੇ ਪਿਤਾ ਵਾਹਿਗੁਰੂ ਕੋਲ ਚਲੇ ਗਏ ਹਨ। ਸੋ ਜੇ ਮੈਂ ਉਹਨਾਂ ਦੇ ਜੀਵਨ ਦੀ ਥੋੜ੍ਹੀ ਜਿਹੀ ਗੱਲ ਕਰਾਂ ਤਾਂ ਉਹਨਾਂ ਨੇ ਜੋ ਮੁੱਢਲੀ ਵਿੱਦਿਆ ਜਦੋਂ ਕਾਲਜ ਟਾਈਮ ਡੀ ਏ ਵੀ ਕਾਲਜ ਸੈਕਟਰ 10 ਤੋਂ ਉਹਨਾਂ ਨੇ ਵਿੱਦਿਆ ਹਾਸਲ ਕੀਤੀ, ਇੱਕ ਬਹੁਤ ਹੀ ਵਧੀਆ ਸਪੋਰਟਸ ਪਰਸਨ ਸਨ ਅਤੇ ਉਸ ਤੋਂ ਬਾਅਦ ਸਿਆਸਤ ਵਿੱਚ ਜਦੋਂ ਉਹਨਾਂ ਨੇ ਕਦਮ ਰੱਖਿਆ ਤਾਂ ਉਦੋਂ ਉੱਥੇ ਵੀ ਉਹਨਾਂ ਨੇ ਬਹੁਤ ਇੱਕ ਅਹਿਮ ਜੋ ਰੋਲ ਹੈ ਉਹ ਪਲੇ ਕੀਤਾ ਵੱਖ ਵੱਖ ਸਿਆਸੀ ਆਗੂਆਂ ਦੇ ਜੀਵਨ ਵਿੱਚ। ਪਹਿਲਾਂ ਸਰਦਾਰ ਜਗਤ ਸਿੰਘ ਜੀ ਘੜੂਆ ਸਨ ਜੋ ਸਾਡੇ ਖਰੜ ਹਲਕੇ ਤੋਂ MLA ਸਨ, ਉਹਨਾਂ ਨੂੰ ਉਹਨਾਂ ਦੇ ਮਾਰਗਦਰਸ਼ਕ ਬਣ ਕੇ ਇਹਨਾਂ ਨੇ ਘੜੂਆ ਸਾਹਿਬ ਨੂੰ MLA ਬਣਾਇਆ ਅਤੇ ਉਹਨਾਂ ਦਾ ਜੋ ਸਾਰਾ ਪੋਲੀਟੀਕਲ ਸਿਸਟਮ ਸੀ ਉਸ ਸਿਸਟਮ ਨੂੰ ਖੁਦ ਇੱਕ ਜ਼ਿੰਮੇਵਾਰੀ ਨਾਲ ਕੰਟਰੋਲ ਕੀਤਾ। ਫਿਰ ਸਰਦਾਰ ਨਰੌਤਾ ਸਿੰਘ ਜੀ ਘੜੂਆ ਸਾਹਿਬ ਸਰਦਾਰ ਬਲਵੀਰ ਸਿੰਘ ਸਿੱਧੂ ਨਾਲ ਜੁੜੇ, ਉਹਨਾਂ ਦੇ ਸਾਰਥੀ ਬਣ ਕੇ ਉਹਨਾਂ ਦਾ ਵੀ ਮਾਰਗਦਰਸ਼ਨ ਸਰਦਾਰ ਨਰੌਤਾ ਸਿੰਘ ਘੜੂਆ ਸਾਹਿਬ ਨੇ ਕੀਤਾ ਅਤੇ ਉਹਨਾਂ ਨੂੰ ਪਹਿਲੀ ਵਾਰ 2007 ਵਿੱਚ MLA ਦੀ ਜੋ ਕੁਰਸੀ ਤੱਕ ਉਹਨਾਂ ਨੇ ਹੱਥ ਫੜ ਕੇ ਉਹਨਾਂ ਨੂੰ ਪਹੁੰਚਾਇਆ। ਸੋ ਜੋ ਸਰਦਾਰ ਨਰੌਤਾ ਸਿੰਘ ਜੀ ਦੀ ਦੇਣ ਹੈ ਸਾਡੇ ਸਮਾਜ ਨੂੰ, ਮੋਹਾਲੀ ਸ਼ਹਿਰ ਨੂੰ ਕਹਿ ਲਈਏ ਜਾਂ ਚੰਡੀਗੜ੍ਹ ਸ਼ਹਿਰ ਨੂੰ ਕਹਿ ਲਈਏ ਜਾਂ ਮੋਹਾਲੀ ਜ਼ਿਲ੍ਹੇ ਨੂੰ ਕਹਿ ਲਈਏ, ਇਹ ਅਸੀਂ ਇਹਨਾਂ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕਰ ਸਕਦੇ। ਸੋ ਇੱਕ ਵਾਰ ਫਿਰ ਸਾਨੂੰ ਸਾਡੇ ਸਾਰੇ ਸ਼ਹਿਰ ਨੂੰ ਇੱਕ ਬਹੁਤ ਹੀ ਵੱਡਾ ਘਾਟਾ ਪਿਆ ਹੈ ਕਿ ਸਰਦਾਰ ਨਰੌਤਾ ਸਿੰਘ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ। ਸੋ ਅਸੀਂ ਸਾਰੇ ਇਕੱਠੇ ਹੋ ਕੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਿਤਾ ਵਾਹਿਗੁਰੂ, ਸਰਦਾਰ ਨਰੌਤਾ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ, ਇੱਕ ਬਹੁਤ ਹੀ ਅੱਛੀ ਜੋ ਇਨਸਾਨ ਸਨ ਉਹਨਾਂ ਨੂੰ 84 ਦੇ ਗੇਟ ਤੋਂ ਕੱਢ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਅਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਕਿਰਪਾ ਕਰੋ ਤਾਂ ਕਿ ਉਹ ਇਹ ਭਾਣਾ ਮੰਨ ਸਕਣ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਪਰਿਵਾਰ ਨੂੰ ਬਹੁਤ ਹੀ ਖੁਸ਼ੀਆਂ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਾਰੀ ਸਨ, ਜੋ ਵੀ ਸਰ ਮੇਰੇ ਪਰਚਾ ਚੱਲ ਰਹੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ। ਤਾਂ ਮੇਰੇ ਸਰਦਾਰ ਜੀ ਬਹੁਤ ਹੀ ਨਾਈਸ ਆਦਮੀ ਸੀਗੇ, ਦੁਨੀਆ ਦਾ ਭਲਾ ਕਰਨ ਵਾਲੇ ਸੀ, ਦੁਨੀਆ ਦੇ ਵਿੱਚ ਵਿਚਰਦੇ ਸੀ, ਕਿਸੇ ਗਰੀਬ ਗੁਰਬੇ ਨੂੰ ਬਹੁਤ ਸੇਵਾ ਕਰਦੇ ਸੀ, ਵੀ ਘਰ ਵਿੱਚ ਵੀ ਕਦੇ ਨੇ ਉਹਨਾਂ ਨੇ ਉੱਚਾ ਨੀਵਾਂ ਨਹੀਂ ਸੀ ਬੋਲਿਆ।
ਜਿਹਦੇ ਕਰਕੇ ਕਿ ਅਸੀਂ ਕਦੇ ਗੁੱਸੇ ਹੋਈਏ, ਮੇਰੇ ਵਿਆਹ ਨੂੰ ਇਤਨੀ ਇੰਨਾ ਦੇਰ ਹੋ ਗਈ ਅਤੇ ਕਦੇ ਮੈਨੂੰ ਝਿੜਕ ਤੱਕ ਨਹੀਂ ਸੀ ਦਿੱਤੀ ਉਹਨਾਂ ਨੇ ਵੀ ਇੰਨੇ ਨਾਈਸ ਆਦਮੀ ਗਰੀਬ ਨੂੰ ਕਦੇ ਵੀ ਕੋਈ ਆਇਆ ਕਦੇ ਖਾਲੀ ਨਹੀਂ ਸੀ ਮੋੜਿਆ ਉਹਨਾਂ ਨੇ, ਜਿਹੜੀਆਂ ਕਿ ਸਾਨੂੰ ਉਹਨਾਂ ਦੀਆਂ ਘਾਟਾਂ ਪੂਰੀਆਂ ਹੋ ਰਹੀਆਂ ਹਨ। ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀਗੇ, ਆਪਣੀ ਪਾਰਟੀ ਨੂੰ ਇੰਨਾ ਬਿਲੋਂਗ ਕਰਦੇ ਸੀ ਕਿ ਮੈਂ ਦੱਸ ਵੀ ਨਹੀਂ ਸਕਦੀ ਉਹਨਾਂ ਨੂੰ, ਮੇਰੇ ਲਫ਼ਜ਼ੇ ਨਹੀਂ ਕੋਈ ਹੋਣਗੇ ਕਿ ਮੈਂ ਉਹਨਾਂ ਨੂੰ ਕੁਛ ਕਹਾਂ, ਵੀ ਹਰ ਟਾਈਮ ਤੱਤਪਰ ਤੱਤ ਰਹਿੰਦੇ ਸੀਗੇ ਕਿਸੇ ਦਾ ਕੰਮ ਹੋਵੇ ਤਾਂ ਵੀ, ਚਾਹੇ ਬਿਮਾਰ ਸੀ ਚਾਹੇ ਰਾਜੇ, ਤਾਂ ਵੀ ਖੜ੍ਹੇ ਹੋ ਜਾਣਾ ਉਹਨਾਂ ਨੂੰ। ਅਤੇ ਵੀ ਇਸ ਤਰ੍ਹਾਂ ਦੀ ਉਹਨਾਂ ਦੀ ਜ਼ਿੰਦਗੀ, ਜ਼ਿੰਦਗੀ ਬਿਲਕੁਲ ਸਾਫ਼ ਸੁਥਰੀ, ਇੱਕ ਇੰਚ ਦਾ ਵੀ ਉਹਨਾਂ ਦੀ ਜ਼ਿੰਦਗੀ ਦੇ ਦਾਗ ਨਹੀਂ ਆਇਆ ਕਿ ਜਿਨ੍ਹਾਂ ਵਿੱਚ ਲੋਕ ਉਹਨਾਂ ਨੂੰ ਕੁਛ ਕਹਿਣ, ਵੀ ਹਰ ਟਾਈਮ ਸਪੱਸ਼ਟ ਅਤੇ ਕਿਸੇ ਦੇ ਖੜ੍ਹੇ ਨਹੀਂ। ਗਰੀਬਾਂ ਦਾ ਹੁਣ ਵੀ 25 ਕੁੜੀਆਂ ਦਾ ਵਿਆਹ ਕਰਨ ਜਾਣਾ ਸੀ ਉਹਨਾਂ ਨੇ 25 ਤਰੀਕ ਨੂੰ, ਕਿ ਉਹਨਾਂ ਦੀ ਪਹਿਲਾਂ ਇਸ ਤਰ੍ਹਾਂ ਦੀ ਡੈਥ ਹੋ ਗਈ। ਪਹਿਲਾਂ ਪਿੰਡ ਵਿੱਚ ਸਾਡੇ ਟੂਰਨਾਮੈਂਟ ਹੋਇਆ, ਉੱਥੇ ਵੀ 1,00,000 ਰੁਪਏ ਦਾ ਉਹ ਇਨਾਮ ਦੇ ਕੇ ਆਏ, ਬੱਚਿਆਂ ਦੀ ਉਤਸ਼ਾਹ ਕਰਕੇ ਆਏ ਉਹਨਾਂ ਦਾ। ਬਸ ਇੰਨੀ ਹੀ ਮੈਂ ਬੋਲ ਸਕਦੀ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਅੱਜ ਇੱਥੇ ਇਕੱਤਰ ਹੋਏ ਸੀਗੇ, ਸਰਦਾਰ ਨਰਾਤਾ ਸਿੰਘ ਕਨੂਆ ਸਾਡੇ ਮਾਸੜ ਜੀ ਸੀ, ਜਿਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਪਰ ਉਸ ਬੰਦਾ ਬੜਾ ਹੀ, ਜਿਹੜੀ ਮੈਂ ਜ਼ਰੂਰੀ ਗੱਲ, ਬੰਦੇ ਦੀ ਫਰਾਕ ਦਿਲੀ ਅਤੇ ਦਰਿਆ ਦਿਲੀ ਵਾਲੇ ਇਨਸਾਨ ਸੀ, ਅਤੇ ਜਿਹੜੀ ਉਹਨਾਂ ਦੀ ਗੱਲ ਮੈਨੂੰ ਅਜੇ ਤੱਕ ਭੁੱਲਦੀ ਨਹੀਂ। ਇੱਕ ਦਿਨ ਉਹਨਾਂ ਨੇ ਬੜੀ ਅੱਛੀ ਆਪਣੀ ਫੋਟੋ ਖਿਚਾਈ, ਮੁੱਛਾਂ ਐਨ ਅੱਪ ਸੀ, ਅਤੇ ਉਹ ਆਪਣੇ ਉਹਦੇ ਵਿੱਚ ਸਾਨੂੰ ਉਹਨਾਂ ਨੇ ਇਹ ਕਿਹਾ ਵੀ ਇਹੀ ਫੋਟੋ ਮੇਰੇ ਭੋਗ 'ਤੇ ਲਾਉਣੀ ਹੈ। ਮਤਲਬ ਬੰਦੇ ਨੂੰ ਕਿਤੇ ਮਰਨ ਦਾ ਕੋਈ ਖੌਫ ਹੀ ਨਹੀਂ ਸੀ। ਜਿਹੜੇ ਬੰਦੇ ਮਨੁੱਖ ਆਪਣੇ ਮੌਤ ਦੀ ਪਰਵਾਹ ਨਹੀਂ ਕਰਦੇ, ਉਹ ਬੜੀ ਵਧੀਆ ਜ਼ਿੰਦਗੀ ਜੀਂਦੇ। ਥੈਂਕ ਯੂ।